ਸਤਿ ਸ਼੍ਰੀ ਅਕਾਲ ਦੋਸਤੋ, ਅੱਜ ਆਪਾਂ ਗੱਲ ਕਰਾਂਗੇ PMS ਦੇ ਵਿੱਚ ਨੈਕਸਟ ਈਅਰ ਦਾ ਬਜਟ ਕਿਸ ਤਰ੍ਹਾਂ ਤਿਆਰ ਕੀਤਾ ਜਾ ਸਕਦਾ ਹੈ, ਬਜਟ ਐਸਟੀਮੇਟਸ। ਸੋ ਉਹਦੇ ਲਈ ਸਭ ਤੋਂ ਪਹਿਲਾਂ ਆਪਾਂ ਹਰ ਇੰਪਲੋਈ ਦੀ ਇਹ ਜੋ ਇਨਕਰੀਮੈਂਟ ਮੰਥ ਹੈ, ਨੈਕਸਟ ਇਨਕਰੀਮੈਂਟ ਮੰਥ ਡਿਊ ਹੈ, ਆਪਾਂ ਉਹਦੀ ਚੈਕਿੰਗ ਕਰਾਂਗੇ ਵੀ ਕੀ ਉਹ ਠੀਕ ਭਰਿਆ ਹੈ। ਜਿਸ ਤਰ੍ਹਾਂ ਅਗਰ ਕੋਈ ਨੈਕਸਟ ਡਿਊ ਜਦੋਂ ਵੀ ਇਨਕਰੀਮੈਂਟ, ਅਗਰ ਉਹ ਠੀਕ ਨਹੀਂ ਹੈ ਤਾਂ ਆਪਾਂ ਉਹਨੂੰ ਇੱਥੋਂ ਸਿਲੈਕਟ ਕਰਨ ਤੋਂ ਬਾਅਦ ਕੁਰੈਕਸ਼ਨ ਕਰਕੇ ਆਪਾਂ ਉਹਨੂੰ ਅਪਡੇਟ ਕਰ ਸਕਦੇ ਹਾਂ। ਸਿਮਿਲਰਲੀ ਅਗਰ ਕਿਸੇ ਇੰਪਲੋਈ ਨੂੰ ਜੋ ਇਨਕਰੀਮੈਂਟ ਨਹੀਂ ਲੱਗਣਾ ਹੈ, ਇਨਕਰੀਮੈਂਟ ਐਪਲੀਕੇਬਲ ਨਹੀਂ ਹੈ, ਤਾਂ ਆਪਾਂ ਉਹਨਾਂ ਦਾ ਨਾਮ ਸਿਲੈਕਟ ਕਰਕੇ ਉਹਨਾਂ ਦਾ ਇਨਕਰੀਮੈਂਟ ਈਅਰ ਹੋਣ ਤੋਂ ਪੁਰਾਣਾ ਕੋਈ ਵੀ ਈਅਰ ਸਿਲੈਕਟ ਕਰ ਸਕਦੇ ਹਾਂ, ਤਾਂ ਕਿ ਫਰਦਰ ਉਹਨਾਂ ਨੂੰ ਇਨਕਰੀਮੈਂਟ ਦੀ ਜੋ ਕੈਲਕੂਲੇਸ਼ਨਸ ਹੈ ਉਹ ਨਾ ਹੋਣ। ਇਨਕਰੀਮੈਂਟ ਦੀ ਡਿਟੇਲਸ ਅਪਡੇਟ ਕਰਨ ਤੋਂ ਬਾਅਦ ਉਸ ਤੋਂ ਬਾਅਦ ਆਪਾਂ ਜਾਵਾਂਗੇ ਪੇਰੋਲ ਮੈਨਿਊ ਵਿੱਚ। ਪੇਰੋਲ ਮੈਨਿਊ ਵਿੱਚ ਬਜਟ, ਨੈਕਸਟ ਈਅਰ ਬਜਟ ਐਸਟੀਮੇਟਸ। ਸੋ ਇਹਦੇ ਵਿੱਚ ਚਾਰ ਅਲੱਗ ਅਲੱਗ ਪੇਜਸ ਦਿੱਤੇ ਗਏ ਨੇ। ਪਹਿਲਾ ਪੇਜ ਇੰਸਟਰਕਸ਼ਨਸ ਦਾ, ਸੈਕੰਡ ਪੇਜ ਹੈ ਵੈਕੈਂਸੀ ਡਿਟੇਲ ਦਾ। ਇਹਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਕਰੰਟ ਫਾਈਨੈਂਸ਼ੀਅਲ ਈਅਰ ਜੋ ਚੱਲ ਰਿਹਾ ਹੈ ਉਹਦੇ ਲਈ ਈਅਰ ਸਿਲੈਕਟ ਕਰਾਂਗੇ। ਜਿਸ ਤਰ੍ਹਾਂ ਮੈਂ ਇਹਦੇ ਵਿੱਚ 2017 ਸਿਲੈਕਟ ਕੀਤਾ। ਇਹ ਸਿਲੈਕਟ ਕਰਨ ਤੋਂ ਬਾਅਦ ਮੈਂ ਕਲਿੱਕ ਕਰ ਰਿਹਾ ਬਟਨ ਗੈਟ ਡਾਟਾ ਦੇ ਉੱਪਰ। ਜਦੋਂ ਮੈਂ ਗੈਟ ਡਾਟਾ ਦੇ ਉੱਪਰ ਕੀਤਾ, ਆਪਣੇ ਜਿੰਨੇ ਵੀ ਇੰਪਲੋਈ ਨੇ PMS ਰਿਕਾਰਡ ਦੇ ਵਿੱਚ, ਉਹਨਾਂ ਸਾਰਿਆਂ ਦੀ ਕੈਲਕੂਲੇਸ਼ਨ ਹੋ ਕੇ ਨੈਕਸਟ ਈਅਰ ਬਜਟ ਦੀ ਆਪਣੇ ਕੋਲ ਆ ਜਾਂਦੀ ਹੈ। ਸੋ ਨੈਕਸਟ ਆਪਾਂ ਜੋ ਵੈਕੈਂਟ ਪੋਸਟ ਨੇ, ਅਗਰ ਉਹਨਾਂ ਨੂੰ ਆਪਣੇ ਬਜਟ ਦੇ ਵਿੱਚ ਐਡ ਕਰਨਾ ਚਾਹੁੰਦੇ ਹਾਂ, ਤਾਂ ਆਪਾਂ ਕਲਿੱਕ ਕਰਾਂਗੇ ਨੈਕਸਟ ਪੇਜ ਵੈਕੈਂਟ ਪੋਸਟ ਦੇ ਉੱਪਰ। ਇਸ 'ਤੇ ਅਲੱਗ ਟੇਬਲ ਦਿੱਤਾ ਗਿਆ। ਫੋਰ ਐਗਜ਼ਾਮਪਲ, ਸਾਡੇ ਅਗਰ ਔਰਗਨਾਈਜੇਸ਼ਨ ਦੇ ਵਿੱਚ PN ਦੀਆਂ ਪੋਸਟ ਖਾਲੀ ਨੇ, ਸੋ ਮੈਂ ਡੈਜ਼ਿਗਨੇਸ਼ਨ ਭਰਿਆ PN, ਇੱਥੋਂ ਸਕੇਲ ਸਿਲੈਕਟ ਕਰਨਾ, ਗ੍ਰੇਡ ਪੇ, ਉਸ ਤੋਂ ਬਾਅਦ ਜਿੰਨੀਆਂ ਪੋਸਟਾਂ ਵੈਕੈਂਟ ਰਹੀ ਮੈਂ ਉਹਦੀ ਡਿਟੇਲ ਐਂਟਰ ਕੀਤੀ। ਇਹਦੇ ਨਾਲ ਹੀ ਕਾਫੀ ਸਾਰੀਆਂ ਹੋਰ ਵੀ ਡਿਟੇਲਸ ਦਿੱਤੀਆਂ ਗਈਆਂ ਨੇ, ਅਗਰ ਉਹ ਐਪਲੀਕੇਬਲ ਹਨ ਤਾਂ ਆਪਾਂ ਉਹਨਾਂ ਨੂੰ ਐਡ ਕਰ ਸਕਦੇ ਹਾਂ, ਅਦਰਵਾਈਜ਼ ਆਪਾਂ ਉਹਨਾਂ ਨੂੰ ਬਲੈਂਕ ਛੱਡ ਦਿਆਂਗੇ ਜੀ। ਇਹ ਐਂਟਰੀ ਕਰਨ ਤੋਂ ਬਾਅਦ ਆਪਾਂ ਕਲਿੱਕ ਕਰਦੇ ਹਾਂ ਐਡ ਡਾਟਾ ਟੂ ਕੈਲਕੂਲੇਸ਼ਨਸ। ਇਹ ਬਟਨ ਕਲਿੱਕ ਕਰ ਦੇਣ ਤੋਂ ਬਾਅਦ ਜੋ ਇਹ ਡਿਟੇਲਸ ਵੈਕੈਂਟ ਪੋਸਟ ਦੀਆਂ, ਆਪਣਾ ਜੋ ਮੇਨ ਟੇਬਲ ਹੈ ਉਹਦੇ ਨੀਚੇ ਸਭ ਤੋਂ ਐਡ ਹੋ ਜਾਂਦੀਆਂ ਨੇ। ਸਪੋਜ਼ ਤਿੰਨ ਪੋਸਟਾਂ ਮੈਂ ਉੱਧਰ ਭਰੀਆਂ ਸੀ, ਤਿੰਨ ਪੋਸਟਾਂ ਦੀ ਬੇਸਿਕ ਪੇ ਕੈਲਕੂਲੇਟ ਹੋ ਕੇ ਇਸ ਟੇਬਲ ਦੇ ਵਿੱਚ ਆ ਚੁੱਕੀ ਹੈ। ਸੋ ਇਸ ਤੋਂ ਬਾਅਦ ਆਪਾਂ ਦੇਖਣਾ ਕਿ ਬਜਟ ਐਸਟੀਮੇਟਸ ਦੀ ਕੀ ਕੈਲਕੂਲੇਸ਼ਨਸ ਹੈ। ਸੋ ਆਪਾਂ ਨੈਕਸਟ ਜੋ ਪੇਜ ਹੈ ਬਜਟ ਐਸਟੀਮੇਟ, ਉਹਦੇ ਉੱਪਰ ਕਲਿੱਕ ਕੀਤਾ। ਸਭ ਤੋਂ ਪਹਿਲਾਂ ਆਪਾਂ DA ਰੇਟ ਜਿੰਨਾ ਵੀ ਐਪਲੀਕੇਬਲ ਹੋਏਗਾ ਆਪਾਂ ਉਹ ਭਰ ਦਿੰਦੇ ਹਾਂ। ਸਪੋਜ਼ ਜੇ ਮੈਂ ਇੱਥੇ ਭਰਤਾ 142%, RA ਰੇਟ 6%, ਤਾਂ ਹੁਣ ਮੈਂ ਕਲਿੱਕ ਕਰਦਾ ਹਾਂ ਕੈਲਕੂਲੇਟ ਟੋਟਲਸ। ਤੋ ਸਾਰੇ ਇੰਪਲੋਈਜ਼ ਦਾ ਜੋ ਕੈਲਕੂਲੇਸ਼ਨ ਹੈ ਉਹ ਟੋਟਲ ਹੋ ਕੇ ਆਪਣੇ ਸਾਹਮਣੇ ਆ ਜਾਂਦੀ ਹੈ। ਇਹ ਡੈਜ਼ਿਗਨੇਸ਼ਨ ਤਾਂ ਜੋ ਪਹਿਲਾ ਡੈਜ਼ਿਗਨੇਸ਼ਨ ਸੀ ਉਹ ਇੱਥੇ ਆਉਂਦਾ, ਇਹ ਐਡੀਟੇਬਲ ਆਪਾਂ ਇਹਨੂੰ ਐਡਿਟ ਕਰ ਸਕਦੇ ਹਾਂ। ਪਰ ਆਪਾਂ ਇਹ ਚਾਹੁੰਦੇ ਹਾਂ ਵੀ ਹਰ ਕੇਡਰ ਦਾ ਅਲੱਗ ਅਲੱਗ ਟੋਟਲ ਹੋ ਕੇ ਆਪਣੇ ਸਾਹਮਣੇ ਆਵੇ। ਆਪਾਂ ਉਹਦੇ ਲਈ ਦੁਬਾਰਾ ਵੈਕੈਂਸੀ ਡਿਟੇਲ ਦੇ ਉੱਪਰ ਕਲਿੱਕ ਕਰਦੇ ਹਾਂ। ਸੋ ਇਸ ਵੈਕੈਂਸੀ ਡਿਟੇਲ ਦੇ ਵਿੱਚ ਜੋ ਸਭ ਤੋਂ ਪਹਿਲਾਂ ਆਪਣਾ ਜੋ ਗਰੁੱਪਿੰਗ ਕੋਡ ਇੱਕ ਦਿੱਤਾ ਗਿਆ, ਆਪਾਂ ਇੱਥੇ ਗਰੁੱਪਿੰਗ ਕੋਡ ਭਰਾਂਗੇ। ਇਹ ਗਰੁੱਪਿੰਗ ਕੋਡ ਤੁਸੀਂ ਆਪਣੀ ਚੋਇਸ ਦੇ ਅਕੋਰਡਿੰਗ ਵੀ ਕਰ ਸਕਦੇ ਹੋ। ਫੋਰ ਐਗਜ਼ਾਮਪਲ, ਮੈਂ ਜੋ ਸਾਡੇ ਪ੍ਰਿੰਸੀਪਲ ਨੇ ਉਹਨਾਂ ਨੂੰ ਗਰੁੱਪ ਕੋਡ 1 ਦਿੱਤਾ, ਜੋ ਮਾਸਟਰ ਕੇਡਰ ਦੇ ਇੰਪਲੋਈ ਨੇ 3, ਲੈਕਚਰਰ ਕੇਡਰ ਵਾਲਿਆਂ ਨੂੰ 2 ਗਰੁੱਪ ਕੋਡ ਹੈ, ਮਾਸਟਰ ਕੇਡਰ ਵਾਲੇ ਸਾਰੇ 3। ਇਹ ਗਰੁੱਪਿੰਗ ਕੋਡ ਇਸ ਲਈ ਕਰਦੇ ਹਾਂ ਤਾਂ ਕਿ ਸਾਨੂੰ ਉੱਧਰ ਹਰ ਇੱਕ ਗਰੁੱਪ ਦਾ, ਹਰ ਕੇਡਰ ਦਾ ਅਲੱਗ ਅਲੱਗ ਟੋਟਲ ਮਿਲ ਸਕੇ। ਜੋ ਕਲਾਸ 4 ਇੰਪਲੋਈ ਨੇ ਉਹਨਾਂ ਨੂੰ ਮੈਂ 5 ਗ੍ਰੇਡ ਦਿੱਤਾ, ਸੋਰੀ, ਇਹ ਜੋ ਗਰੁੱਪਿੰਗ ਕੋਡ ਕੀਤੀ ਗਈ ਹੈ। ਇਹ ਗਰੁੱਪਿੰਗ ਕੋਡ ਤੁਸੀਂ ਆਪਣੀ ਚੋਇਸ ਦੇ ਅਕੋਰਡਿੰਗਲੀ ਕਰ ਸਕਦੇ ਹੋ। ਗਰੁੱਪਿੰਗ ਕਰਨ ਤੋਂ ਬਾਅਦ ਜਦੋਂ ਦੁਬਾਰਾ ਆਪਾਂ ਕੈਲਕੂਲੇਟ ਟੋਟਲਸ ਦੇ ਉੱਪਰ ਕਲਿੱਕ ਕਰਾਂਗੇ, ਤਾਂ ਆਪਾਂ ਨੂੰ ਹਰ ਕੇਡਰ ਦਾ ਅਲੱਗ ਅਲੱਗ ਟੋਟਲ ਹੋ ਕੇ ਆਪਣੇ ਸਾਹਮਣੇ ਆ ਜਾਂਦਾ ਹੈ। ਸੋ ਆਪਣੀ ਇਸ ਕੈਲਕੂਲੇਸ਼ਨ ਦੇ ਵਿੱਚ ਜੋ ਡੈਜ਼ਿਗਨੇਸ਼ਨ ਨੇ ਉਹ ਜੋ ਆਪਣੀ ਵੈਕੈਂਸੀ ਡਿਟੇਲ ਦੇ ਵਿੱਚ ਰੈਂਡਮਲੀ ਉਹਦੇ ਵਿੱਚੋਂ ਇਹਦੇ ਵਿੱਚ ਆਏ ਨੇ, ਇਹ ਐਡੀਟੇਬਲ ਨੇ, ਆਪਾਂ ਇਹਨੂੰ ਐਡਿਟ ਕਰ ਸਕਦੇ। ਜਿਸ ਤਰ੍ਹਾਂ ਮੈਂ ਨੰਬਰ 2 ਲੈਕਚਰਰ ਕੇਡਰਸ ਦੇ ਲਈ ਦਿੱਤਾ ਸੀ, ਨੰਬਰ 3 ਮਾਸਟਰ ਕੇਡਰ ਲਈ ਆਪਾਂ ਇਹਨੂੰ ਐਡਿਟ ਕਰ ਸਕਦੇ ਹਾਂ, ਉਸ ਤੋਂ ਬਾਅਦ SLA, ਫਿਰ ਕਲਾਸ 4 ਤੱਕ ਇਹਨੂੰ ਪਰਫੋਰਮਿੰਗ ਦੇ ਵਿੱਚ ਐਕਸਪੋਰਟ ਕਰਨ ਦੇ ਉੱਤੇ ਮੈਂ ਕੰਮ ਕਰ ਰਿਹਾ ਹਾਂ। ਫਿਰ ਵੀ ਜੇ ਤੁਸੀਂ ਇਹਨੂੰ ਐਕਸਲ ਦੇ ਵਿੱਚ ਐਕਸਪੋਰਟ ਕਰਨਾ ਚਾਹੁੰਦੇ ਹੋ, ਤੁਸੀਂ ਇਸ ਇੱਕ ਬਟਨ ਦਿੱਤਾ ਗਿਆ ਕਾਪੀ ਟੇਬਲ ਫੋਰ ਐਕਸਲ, ਆਪਾਂ ਇਹਨੂੰ ਇੱਥੋਂ ਕਾਪੀ ਕਰਨ ਤੋਂ ਬਾਅਦ ਐਕਸਲ ਦੇ ਵਿੱਚ ਪੇਸਟ ਕਰ ਸਕਦੇ ਹਾਂ। ਸਿਮਿਲਰਲੀ ਆਪਾਂ ਜੋ ਆਪਣੀ ਦੂਸਰੀ ਸ਼ੀਟ ਹੈ ਇੰਪਲੋਈ ਡਿਟੇਲ ਵਾਲੀ, ਉਹ ਵੀ ਉਸ ਤਰ੍ਹਾਂ ਕਾਪੀ ਕਰ ਸਕਦੇ ਹਾਂ। ਹੁਣ ਤੱਕ PMS ਦੇ ਵਿੱਚ ਕੈਲਕੂਲੇਸ਼ਨ, ਇਹਦੇ ਬਜਟ ਐਸਟੀਮੇਟ ਲਈ ਇੰਨਾ ਕੰਮ ਕੀਤਾ ਗਿਆ। ਇਹ ਤੁਹਾਨੂੰ ਕਿਸ ਤਰ੍ਹਾਂ ਲੱਗਿਆ, ਇਹਦੇ ਵਿੱਚ ਕੀ ਹੋਰ ਇੰਪਰੂਵਮੈਂਟ ਕੀਤੀ ਜਾ ਸਕਦੀ ਹੈ, ਮੈਨੂੰ ਜ਼ਰੂਰ ਦੱਸਿਓ। ਥੈਂਕ ਯੂ।